ਅਸੀਂ ਅੱਜ ਤੋਂ ਪਹਿਲਾਂ ਕਿਸੇ ਭਾਈ ਕੋਲ ਝੋਟੀਆਂ ਲਾ ਕੇ ਗਿਆ ਸੀ, ਉਹਨਾਂ ਦਾ ਨਾਂ ਨੀ ਲੈਣਾ ਚਾਹੁੰਦਾ। ਸਾਡੇ ਕੋਲ 5 ਤੋਂ 6 ਕਿਲੋ ਦੁੱਧ ਦਿੰਦੀਆਂ ਪਈਆਂ ਨੇ, ਝੋਟੀਆਂ ਪਹਿਲਾਂ ਹੋ ਗਏ। ਮੈਂ ਉਹਨਾਂ ਨੂੰ ਇਹ ਗੱਲ ਕੀਤੀ ਕਿ ਆਹ ਝੋਟੀਆਂ ਦਿੰਦੇ ਪਿਆ, 12 ਤੋਂ 14 ਸਿਰ ਮੇਰੀ ਆਹ ਝੋਟੀਆਂ ਤਿਆਰ ਹੋ ਕੇ ਦੁੱਧ ਨਾ ਦੇਵਣ, ਕਿਉਂਕਿ ਇਹ ਵੀਡੀਓ ਯੂਟਿਊਬ ਤੇ ਚੱਲਣੀ ਹੈ, ਨਾ ਤੁਹਾਡੇ ਮੋਬਾਈਲ ਇਰਾਣੀ ਤੇ ਨਾ ਮੇਰੇ ਮੋਬਾਈਲ ਇਰਾਣੀ ਹੈ। ਅਗਰ ਮੇਰੀ ਝੋਟੀ 12-14 ਕਿਲੋ ਦੁੱਧ ਨਾ ਦੇਵੇ, ਐਂਡ ਤਿਕਰ ਵੀ ਵਾਪਸੀ ਮੇਰੀ ਝੋਟੀ ਲਿਆਉਣ, ਕਿਰਾਇਆ ਖਰਚਾ ਜਿੰਨਾ ਵੀ ਇਹ ਖਰਚਾ ਕਰਨਗੇ ਇਹਨਾਂ ਝੋਟੀਆਂ ਦੇ, ਉਹ ਵੀ ਸਾਰਾ ਮੈਂ ਦਿਆਂਗਾ ਮਰਜ਼ੀ ਦੇ ਨਾਲ। ਜੋ ਸਾਡੀ ਦਿਲ ਕੀਤਾ ਸੀ ਉਹ ਕੰਮ ਕੀਤਾ ਜੀ। ਠੀਕ ਭਾਈ ਜਾਨ ਨੇ ਵੀ ਸਾਡੇ ਨਾਲ ਤਾਵਨ ਇਸੇ ਤਰ੍ਹਾਂ ਹੀ ਕੀਤਾ ਹੈ ਕਿ ਉਹਨਾਂ ਨੇ ਕਿਹਾ ਐਸਾ ਨਾ, ਕੋਈ ਗੱਲ ਨਹੀਂ ਭਾਈ ਸਾਹਿਬ ਬਰਨ ਵਾਲੇ ਦਾ ਇਹ ਵਾਕਿਆ ਹਾਜੀ ਸਾਹਿਬ ਭਾਈ ਸਾਹਿਬ ਇੱਕ ਫੋਨ ਤੇ ਗੱਲ ਹੋਣ ਤੋਂ ਲੈ ਕੇ ਤੇ ਇੱਥੇ ਆਉਣ ਤੱਕ ਜੀ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਹੈ। ਅਸਲਾਮ ਅਲੈਕਮ ਜੀ। ਜੀ ਵਾਲੇਕੁਮ ਅਸਲਾਮ। ਸਰ ਕਿੱਥੋਂ ਆਏ ਹੋ ਤੁਸੀਂ? ਸਰ ਅਸੀਂ ਚਕਵਾਲ ਤੋਂ ਆਏ ਹਾਂ। ਤੇ ਕਿਵੇਂ ਭਾਈ ਜਵੇਦ ਨਾਲ ਰਾਬਤਾ ਹੋਇਆ ਜੀ? ਭਾਈ ਜਵੇਦ ਜੀ ਵੀਡੀਓ ਵਗੈਰਾ ਦੇਖਦੇ ਰਹਿੰਦੇ ਸੀ। ਹਾਂਜੀ ਯੂਟਿਊਬ ਤੇ ਹਾਂਜੀ ਇਹਨਾਂ ਦੀ ਵੀਡੀਓ ਆਉਂਦੀਆਂ ਨੇ। ਹਾਂਜੀ ਸਾਰੀਆਂ ਹੀ ਦੇਖਦੇ ਆ ਅਸੀਂ ਬੜੇ ਪਿਆਰ ਨਾਲ ਬੰਨਾ ਜੀ ਸਰ। ਤੇ ਅਸੀਂ ਅੱਜ ਰਾਬਤਾ ਕੀਤਾ ਹੈ ਜਵੇਦ ਭਾਈ ਨੂੰ ਜੀ, ਤੁਹਾਨੂੰ ਕੁਝ ਝੋਟੀਆਂ ਚੀਜ਼ਾਂ ਦੇ ਦਿਓ। ਤੇ ਜਵੇਦ ਭਾਈ ਨੇ ਕੀ ਸਲੂਕ ਕੀਤਾ ਤੁਹਾਡੇ ਨਾਲ ਜੀ ਡੇਰੇ ਤੇ ਆਇਆ? ਮਾਸ਼ਾਅੱਲਾ ਜੀ ਬਹੁਤ ਅੱਛਾ ਸਲੂਕ। ਅਸੀਂ ਆਏ ਆ ਬੜੀ ਇਹਨਾਂ ਦੇ ਸਾਡੀ ਮਹਿਮਾਨ ਨਵਾਜ਼ੀ ਕੀਤੀ ਹੈ, ਬੜੀ ਖਾਤਰ ਕੀਤੀ ਹੈ। ਝੋਟੀਆਂ ਦਾ ਦੱਸੋ ਜੀ, ਝੋਟੀਆਂ ਦੀਆਂ ਸਰ ਉਹਨਾਂ ਨੇ ਕਿਹਾ ਕਿ ਜੀ ਇਹ ਝੋਟੀਆਂ ਨੇ ਜਿਹੜੀ ਤੁਹਾਨੂੰ ਦਿਲ ਕਰੇ ਜਿਹੜੀ ਅੱਛੀ ਲੱਗੇ ਹਾਂਜੀ ਤੁਸੀਂ ਲੈ ਜਾਓ, ਕੋਈ ਮਸਲਾ ਕੋਈ ਨਹੀਂ। ਅਸੀਂ ਆਪਣੀ ਮਰਜ਼ੀ ਦੇ ਨਾਲ ਜਿਹੜੀਆਂ ਪਸੰਦ ਸਾਨੂੰ ਆਈਆਂ ਨੇ ਉਹ ਅਸੀਂ ਸਾਈਡ ਤੇ ਕੀਤੀਆਂ ਨੇ ਤੇ ਅਸੀਂ ਲੈ ਕੇ। ਕਿੰਨੀਆਂ ਝੋਟੀਆਂ ਲਈਆਂ ਨੇ ਜੀ? ਅਸੀਂ ਜੀ 12 ਝੋਟੀਆਂ ਲਈਆਂ ਨੇ। ਅੱਗੇ ਦਾ ਕੀ ਪਲਾਨ ਹੈ ਜੀ? ਮਾਸ਼ਾਅੱਲਾ ਇਹ ਲੈ ਕੇ ਜਾਵਾਂਗੇ ਤੇ ਥੋੜੇ ਦਿਨਾਂ ਤੱਕ ਇਨਸ਼ਾਅੱਲਾ 12 ਹੋਰ ਲੈ ਜਾਵਾਂਗੇ, 20 ਹੋਰ ਲੈ ਜਾਵਾਂਗੇ। ਹਾਂਜੀ ਭਾਈ ਜਵੇਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਦੋਸਤਾਂ ਨੂੰ? ਭਰਾਵਾਂ ਨੂੰ ਅਸਲਾਮ ਅਲੈਕਮ ਕਹਿੰਦਾ। ਉਸ ਉੱਤੇ ਭਾਈ ਹਰਿਆਣ ਇਹਨਾਂ ਦੀ ਮਿਹਰਬਾਨੀ ਹੈ, ਇਹਨਾਂ ਸੁਬਹ ਸਾਡੇ ਨਾਲ ਰਾਬਤਾ ਕੀਤਾ ਸੀ, ਸਲਾਮ ਦਵਾਈ ਸੀ ਤੇ ਇਹਨਾਂ ਕਿਹਾ ਸੀ ਕਿ ਅਸੀਂ 15 ਕੁ ਝੋਟੀਆਂ ਕਰਨੀਆਂ ਨੇ। ਹਾਂਜੀ ਮੈਂ ਕਿਹਾ ਜੀ ਆ ਜਾਓ ਆਈ ਸਾਹਿਬ, ਤੁਸੀਂ ਜਿੰਨੀਆਂ ਤੁਹਾਡੇ ਪਸੰਦ ਨੇ ਤੁਸੀਂ ਉਹਨੀਆਂ ਕਰ ਲਓ। ਤਕਰੀਬਨ ਮੈਂ ਬਿਆਨ ਨਹੀਂ ਕਰਨਾ ਆਪਣੇ ਅਲਫਾਜ਼ ਜਿਹੜੇ ਨੇ, ਨਾ ਮੈਂ ਆਪਣੇ ਮੂੰਹ ਨਹੀਂ ਬਿਆਨ ਕਰਨੇ ਕਿਉਂਕਿ ਭਾਈ ਹਰੀ ਕਰਨਗੇ। ਕਿੰਨੀਆਂ ਝੋਟੀਆਂ ਖਲੋਤੇ, ਤਕਰੀਬਨ ਜਾਨਵਰ ਸਾਡੇ ਫਾਰਮ ਦੇ ਕਿੰਨਾ ਖਲੋਤਾ? ਹਾਂਜੀ ਕਿੰਨੀਆਂ ਜਾਨਵਰ ਇਹਨਾਂ ਨੇ ਬਾਹਰ ਕੱਢ ਕੇ ਵਿਖਾਈਆਂ ਨੇ ਜੀ, ਇਹ ਝੋਟੀਆਂ ਨੇ ਮੋੜੇ ਨੂੰ ਗਾਰੰਟੀ ਦਿੱਤੀ ਹੈ। ਇਹ ਕਹਿ ਰਹੇ ਨੇ ਕਿ ਅਸੀਂ ਅੱਜ ਤੋਂ ਪਹਿਲੇ ਕਿਸੇ ਭਾਈ ਕੋਲ ਝੋਟੀਆਂ ਲਾ ਕੇ ਗਿਆ ਸੀ, ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ। ਅੱਛਾ ਸਾਡੇ ਕੋਲ 5 ਤੋਂ 6 ਕਿਲੋ ਦੁੱਧ ਦਿੰਦੀਆਂ ਪਈਆਂ ਨੇ, ਝੋਟੀਆਂ ਪਹਿਲਾਂ ਹੋ ਗਏ। ਅੱਛਾ ਜੀ ਮੈਂ ਉਹਨਾਂ ਨੂੰ ਇਹ ਗੱਲ ਕੀਤੀ ਕਿ ਆਹ ਝੋਟੀਆਂ ਦਿੰਦੇ ਪਿਆ, 12 ਤੋਂ 14 ਸਿਰ ਮੇਰੀ ਆਹ ਝੋਟੀਆਂ ਤਿਆਰ ਹੋ ਕੇ ਦੁੱਧ ਨਾ ਦੇਵਣ ਜੀ, ਕਿਉਂਕਿ ਇਹ ਵੀਡੀਓ ਯੂਟਿਊਬ ਤੇ ਚੱਲਣੀ ਹੈ, ਬਿਲਕੁਲ ਨਾ ਤੁਹਾਡੇ ਮੋਬਾਈਲ ਇਰਾਣੀ ਤੇ ਨਾ ਮੇਰੇ ਮੋਬਾਈਲ ਇਰਾਣੀ ਹੈ। ਅਗਰ ਮੇਰੀ ਝੋਟੀ 12-14 ਕਿਲੋ ਦੁੱਧ ਨਾ ਦੇਵੇ, ਐਂਡ ਤਿਕਰ ਵੀ ਵਾਪਸੀ ਮੇਰੀ ਝੋਟੀ ਲਿਆਉਣ, ਕਿਰਾਇਆ ਖਰਚਾ ਜਿੰਨਾ ਵੀ ਇਹ ਖਰਚਾ ਕਰਨਗੇ ਇਹਨਾਂ ਝੋਟੀਆਂ ਦੇ, ਉਹ ਵੀ ਸਾਰਾ ਮੈਂ ਦਿਆਂਗਾ। ਹਾਂਜੀ ਤਕਰੀਬਨ ਸਾਰਾ ਖਰਚਾ ਟੋਟਲ ਮੈਂ ਦਿਆਂਗਾ। ਠੀਕ ਹੈ ਭਾਈ ਹਰਿਆਣ 400 ਇਹਨਾਂ ਕੋਲ ਰੇਟ, ਇਹਨਾਂ ਕੋਲ ਪੁੱਛੋ ਕਿਸ ਰੇਟ ਤੇ ਲਈਆਂ ਨੇ ਜੀ? ਵੀਰ ਜੀ ਰੇਟ ਦੱਸੋ ਭਾਈ ਜਾਨ ਨਾਲ ਫੋਨ ਤੇ ਗੱਲ ਹੋਈ ਹੈ, ਇਹਨਾਂ ਨੇ ਕਿਹਾ ਜੀ 450 ਰੁਪਏ ਜੀ, ਅਸੀਂ ਕਿਹਾ ਠੀਕ ਹੈ ਅਸੀਂ ਆ ਕੇ ਤੇ ਇਨਸ਼ਾਅੱਲਾ। ਇੱਥੇ ਮਾਸ਼ਾਅੱਲਾ ਜੀ ਝੋਟੀਆਂ ਦੇ ਬਾਗ ਵਿੱਚ ਵੜੇ ਹੋ ਕੇ 2-4 ਬਨ ਕੇ ਤੇ ਅਸਾਂ ਵੀਡੀਓ ਬਣਾਈ ਹੈ। ਮਾਸ਼ਾਅੱਲਾ ਬਹੁਤ ਨੇ, ਬਹੁਤ ਝੋਟੀਆਂ ਨੇ। ਹਾਂਜੀ ਅਸੀਂ ਉਹਦੇ ਵਿੱਚੋਂ ਆਪਣੀ ਜਿਹੜੀ ਪਸੰਦ ਆਈ, ਕਿਸੇ ਬੰਦੇ ਤੁਹਾਨੂੰ ਇਹ ਤਾਂ ਨਹੀਂ ਕਿਹਾ ਕਿਹਾ ਛੱਡੋ ਐ ਪਾਓ ਯਾ ਵੀ ਕੀ ਹੋਈ ਹੈ? ਅਸੀਂ ਆਪਣੀ ਮਰਜ਼ੀ ਦੇ ਨਾਲ ਜੋ ਸਾਡੀ ਦਿਲ ਕੀਤਾ ਸੀ ਉਹ ਕੰਮ ਕੀਤਾ ਹੈ ਜੀ। ਠੀਕ ਹੈ ਭਾਈ ਜਾਨ ਨੇ ਵੀ ਸਾਡੇ ਨਾਲ ਤਾਵਨ ਇਸੇ ਤਰ੍ਹਾਂ ਹੀ ਕੀਤਾ ਹੈ ਕਿ ਉਹਨਾਂ ਨੇ ਕਿਹਾ। ਐਸਾ ਬੇ ਭਰਾਵਾਂ ਨੂੰ ਕੀ مشورہ ਦੇਣਾ ਚਾਹੁੰਦੇ ਹੋ ਕਿ ਇੱਥੇ ਰਹੇ ਆਕਿਬ ਜਵੇਦ ਦੇ ਫਾਰਮ ਤੇ ਆਣਾ ਚਾਹੀਦਾ ਹੈ, ਅਜ਼ਮਾਨਾ ਚਾਹੀਦਾ ਹੈ ਜਾਂ ਨਹੀਂ ਜੀ? ਕਿਉਂਕਿ ਲੋਕਾਂ ਦੇ ਡੇਰੇ ਤੇ ਜਾਈਏ ਵੀਡੀਓ ਵਿੱਚ ਕੁਝ ਹੋਰ ਨਜ਼ਰ ਆਉਂਦਾ ਹੈ, ਸਾਹਮਣੇ ਜਾਈਏ ਕੁਝ ਹੋਰ ਨਜ਼ਰ ਆਉਂਦਾ ਹੈ। ਕੋਈ ਗੱਲ ਨਹੀਂ ਭਾਈ ਸਾਹਿਬ ਬਰਨ ਵਾਲੇ ਦਾ ਕਿਉਂਕਿ ਇਹ ਵਾਕਿਆ ਹਾਜੀ ਸਾਹਿਬ ਭਾਈ ਸਾਹਿਬ ਇੱਕ ਬਸ਼ਰ ਜਿਹੜੇ ਬਸ਼ਰ ਦਾ اخلاق ਨਹੀਂ ਨਾ ਉਹ ਕਦੀ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦਾ। ਤੇ ਭਰਾਵਾਂ ਨੂੰ ਦੱਸੋ ਕਿ ਜੋ ਵੀਡੀਓ ਇਹ ਪਾਇਆ ਉਹਦੇ ਨਾਲ ਅੱਛਾ ਮਹਿਸੂਸ ਕੀਤਾ ਜਾਂ ਲੋਕਾਂ ਤੇ ਰਹੀ ਹੈ ਜੀ? ਜੀ ਜੀ ਫੋਨ ਤੇ ਗੱਲ ਹੋਣ ਤੋਂ ਲੈ ਕੇ ਤੇ ਇੱਥੇ ਆਉਣ ਤੱਕ ਜੀ ਮੇਰਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਹੈ। ਬਾਕੀ ਅੱਗੇ ਇਨਸ਼ਾਅੱਲਾ ਜਿਸ ਤਰ੍ਹਾਂ ਚੱਲਾਂਗੇ ਇਨਸ਼ਾਅੱਲਾ ਅਸੀਂ ਜ਼ਰੂਰ ਇਹਨਾਂ ਦੇ ਨਾਲ ਅਸੀਂ ਇਹਨਾਂ ਨਾਲ ਤਾਵਨ ਕਰਾਂਗੇ ਸਾਡੇ ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਨਾਲ। ਆਈ ਸਾਹਿਬ ਉਹਨਾਂ ਨਾਲ ਇਹ ਵਾਅਦਾ ਕੀਤਾ ਕਿ ਇਨਸ਼ਾਅੱਲਾ ਜ਼ਿੰਦਗੀ ਔਰ ਮੌਤ ਅੱਲਾ ਪਾਕ ਦਾਤ ਵਾਸਤੇ, ਅੱਲਾ ਪਾਕ ਡੋਡੀ ਵੀ ਜ਼ਿੰਦਗੀ ਕਰੇ ਤੇ ਅੱਲਾ ਪਾਕ ਸਾਡੀ ਵੀ ਰੱਖੇਗਾ। ਤੇ ਤੁਸੀਂ ਕਹੋ ਕਿ ਕਿਸੇ ਬੰਦੇ ਦੇ ਮੱਥੇ ਲੱਗੇ ਆ ਦੁਬਾਰਾ ਆਉਣ ਦੀ ਜ਼ਰੂਰਤ ਨਹੀਂ ਪਵੇ, ਕਿਸੇ ਦਾ ਫੋਨ ਦੇ ਮਾਲ ਜਿੰਨਾ ਚਾਹੀਦਾ ਹੋਵੇਗਾ ਜਿਵੇਂ ਦਾ ਸਾਨੂੰ ਪਤਾ ਲੱਗ ਗਿਆ ਹਾਜੀ ਸਾਹਿਬ ਹਰ ਇੰਜ ਦਾ ਪਸੰਦ ਕਰਦੇ ਨੇ ਇੰਜ ਦਾ, ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਨਾਲ ਫੋਨ ਤੇ ਮਾਲ ਉੱਥੇ ਜਾਵੇ ਕਰੇਗਾ। ਬਕਾਇਆ ਮਾਲ ਸਾਡਾ ਚੈੱਕ ਕਰਾ ਦਿਓ।